ਲੇਕਿਨ ਜਨਾਬ ਅੱਜ ਅਸੀਂ ਜਨਾਬ ਹਰਮਨਸਪੁਰੇ ਦੇ ਪੁੱਲ ਦੇ ਕੋਲੇ ਆਂ ਤੇ ਤੁਸੀਂ ਦੇਖ ਰਹੇ ਜੇ ਇੱਥੇ ਰਿੰਗ ਰੋਡ ਚੱਲ ਰਿਹਾ ਗੱਡੀਆਂ ਵਗੈਰਾ ਚੱਲ ਰਹੀਆਂ ਨੇ ਤੇ ਤੁਹਾਡੇ ਸ਼ੌਕ ਵਾਸਤੇ ਦੋਸਤ ਮੇਰਾ ਬੇਟਾ ਹੀ ਏ ਤੇ ਅਹਿਮਦ ਉਹਦਾ ਨਾਮ ਹੈ ਤੇ ਮਾਸ਼ਾਅੱਲਾ ਬਹੁਤ ਸ਼ੌਕੀਨ ਮੁੰਡਾ ਹੈ ਪਹਿਲੇ ਵੀ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਜਿਹੜੀ ਉਹ ਮੈਂ ਪੇਸ਼ ਕਰ ਚੁੱਕਿਆ ਤੇ ਇਨਸ਼ਾਅੱਲਾ ਦੁਬਾਰਾ ਫੇਰ ਦੋਸਤਾਂ ਦੀ ਰਿਕੁਐਸਟ ਦੇ ਉੱਤੇ ਫਰਮਾਇਸ਼ ਦੇ ਉੱਤੇ ਜਨਾਬ ਮਾਸ਼ਾਅੱਲਾ ਘੋੜੀ ਲੈ ਕੇ ਆਇਆ ਉਹ ਤੇ ਇਹ ਘੋੜੀ ਫੋਰ ਸੇਲ ਹੈ ਸਿਰਫ ਉਹ ਬੰਦਿਆਂ ਵਾਸਤੇ ਜਿਹੜੇ ਸ਼ੌਕ ਰੱਖਦੇ ਨੇ ਔਰ ਸ਼ੌਕ ਨੂੰ ਵਧਾਉਣ ਵਾਸਤੇ ਸਿਰਫ ਕਿਉਂਕਿ ਪਹਿਲੇ ਜਿਹੜੀ ਵੀਡੀਓ ਸਾਡੀ ਸੀ ਲੋਕ ਕਹਿੰਦੇ ਸੀ ਕਿ ਬਾਬਾ ਜੀ ਸਾਨੂੰ ਘੋੜੀ ਲੈ ਕੇ ਦਿਓ ਮੈਂ ਫਿਰ ਅਹਿਮਦ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਘੋੜੀ ਜਿਹੜੀ ਹੈ ਨਾ ਹੁਣ ਲਾਈ ਹੈ ਨਾ ਅਤੇ ਸ਼ੌਕ ਹੋਰ ਤੂੰ ਲੈ ਆਵੀਂ ਅਤੇ ਸਾਡੇ ਸਬਸਕ੍ਰਾਈਬਰਾਂ ਨੂੰ ਜਿਹੜਾ ਨਾ ਉਹ ਦੇ ਅਗਰ ਕੋਈ ਖੁਆਇਸ਼ਮੰਦ ਹੋਵੇ ਤਾਂ ਜਨਾਬ ਇਹ ਘੋੜੀ ਮਿਲ ਵੀ ਸਕਦੀ ਹੈ ਅਤੇ ਨੰਬਰ ਮੈਂ ਤੁਹਾਨੂੰ ਦੱਸ ਦੇਣਾ ਨੰਬਰ ਮੇਰਾ ਤੁਸੀਂ ਲੈ ਲਵੋ 0334-4150-962 ਵਟਸਐਪ ਨੰਬਰ ਇਹੋ ਹੀ ਮੇਰਾ ਅਤੇ ਚਲੋ ਜ਼ਰਾ ਤੁਹਾਨੂੰ ਇਹਨੇ ਟਰਾਈ ਦਿਖਾਉਂਦੇ ਹਾਂ ਇਨਸ਼ਾ ਅੱਲਾਹ ਤਾਲਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ ਅਤੇ ਇਨਸ਼ਾ ਅੱਲਾਹ ਅੱਛਾ ਲੱਗੇ ਅਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਜੇ ਚਲੋ ਇਨਸ਼ਾ ਅੱਲਾਹ ਤਾਲਾ ਬਿਸਮਿਲ੍ਲਾ ਸ਼ਰੀਫ ਪੜ੍ਹ ਕੇ ਸ਼ੁਰੂ ਕਰਨਾ ਜੀ ਆਸਤਾ ਆਸਤਾ ਕਰ ਆਸਤਾ ਕਰ ਹੋਰ ਆਸਤਾ ਕਰ ਆਸਤਾ ਕਰ ਚੱਲ ਪਰੇ ਪਰ ਚੱਲ ਇੱਥੇ ਰੱਖ ਤੂੰ ਆਪਦਾ ਸਿੱਧਾ ਰੱਖ ਦੇ ਘੋੜੀ ਬੰਨੇ ਨਾ ਵੇਖੀ ਤੂੰ ਕਿਆ ਬਾਤ ਹੈ ਜੀ ਕਿਆ ਚੱਲ ਨਾਲ ਨਾ ਘੋੜੀ ਦੇ ਲਾ ਉੱਥੇ ਥੈੜ ਤੇ ਰਹਿ ਇੱਥੇ ਰਹਿ ਹੈ ਉਹਨੇ ਵੀ ਟੁਰਨ ਵਾਸਤੇ ਜਗ੍ਹਾ ਦੇ ਕਿਨਾਰੇ 'ਤੇ ਰੱਖ ਕਿਨਾਰੇ 'ਤੇ ਇਹ ਕਿਨਾਰੇ ਦੇ ਉੱਤੇ ਤੂੰ ਅਪੀਲੀ ਸੜਕ ਦੇ ਉੱਤੇ ਤੋਂ ਕੋਈ ਗੱਲ ਨਹੀਂ ਘਾਹ ਕੋਲ ਚੱਲ ਰੱਖਣੀ ਘੋੜੀ ਇੱਕ ਸਾਈਡ 'ਤੇ ਰੱਖਣਾ ਉੱਥੇ ਆ ਕੇ ਘਰ ਇੱਕ ਸਾਈਡ 'ਤੇ ਰੱਖ ਘੋੜੀ ਜਾਣ ਦੇ ਅੱਗੇ ਘੋੜੀ ਨਾਲ ਜਾਣ ਦਿਆ ਘਰ Thank you.
ਅੱਗੇ ਵਾਰ ਥੋੜੀ ਜਿਹੀ ਸਾਈਡ ਤੇ ਰੱਖ ਇੱਕ ਵਾਲੇ ਤੂੰ ਵੀ ਅੱਗੇ ਜਾਣ ਦੇ ਕਿਆ ਬਾਤ ਕਿਆ ਬਾਤ ਕਿਆ ਬਾਤ